ਸੋਲੂਸ਼ਨ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹਦੀ ਐਗਰੀਮੈਂਟ ਕਰਨੀ ਨਾ ਕਰਨੀ ਪੇਰੈਂਟਸ ਦੇ ਔਰ ਸਕੂਲ ਮੈਨੇਜਮੈਂਟ ਦੇ ਹੱਥ 'ਚ ਹੋਏਗੀ। ਵੀ ਐਜ਼ ਐਨ ਐਡਵਾਈਜ਼ਰ ਐਜ਼ ਅ ਰੈਗੂਲੇਟਰ ਐਜ਼ ਅ ਵੈਲਫੇਅਰ ਸਟੇਟ ਵਿਲ ਟ੍ਰਾਈ ਐਂਡ ਸੁਜੈਸਟ ਦੈਮ ਅ ਰੈਜ਼ੋਲੂਸ਼ਨ ਵਿਚ ਵਿਲ ਬੀ ਇਨ ਦ ਬੈਸਟ ਇੰਟਰਸਟ ਆਫ ਪੇਰੈਂਟਸ ਸਟੂਡੈਂਟਸ ਐਂਡ ਦ ਐਜੂਕੇਸ਼ਨ ਸਿਸਟਮ ਆਫ ਪੰਜਾਬ ਐਟ ਲਾਰਜ ਇਨ ਦਿਸ ਮੈਟਰ। ਸਰ ਕੋਈ ਨੈਗੋਸ਼ੀਏਸ਼ਨ ਜੋ ਵੀ ਬਾਤਚੀਤ ਸਾਹਮਣੇ ਕਿਸੇ ਵੀ ਅੱਜ ਉਹਨੇ ਵੀ ਹੋਈ ਹੈ ਤੇ ਸਵੇਰੇ ਵੀ ਹੋਈ ਹੈ ਉਸ ਦਾ ਕੁਝ ਸੁਝਾਅ ਆ ਨਹੀਂ ਰਿਹਾ ਸਰ ਸਵੇਰੇ ਵੀ ਲੰਬੀ ਮੀਟਿੰਗ ਚੱਲੀ ਹੁੰਦੀ ਲੰਬੀ। ਦੇਖੋ ਇਸ ਵੇਲੇ ਡਿਵਲਜ ਕਰਨਾ ਕਿ ਕੀ ਕਿਸੇ ਦੇ ਸੁਝਾਅ ਹੈ ਇਹ ਡੀਰੇਲ ਕਰਨਾ ਹੋਏਗਾ। ਐਵਰੀ ਪਾਰਟੀ ਇਜ਼ ਰੀਜ਼ਨੇਬਲ ਐਵਰੀ ਪਾਰਟੀ ਹੈਜ਼ ਪੁੱਟ ਫੋਰਥ ਦੇਅਰ ਪੁਆਇੰਟਸ ਵੈਰੀ ਸਟਰੋਂਗਲੀ ਐਂਡ ਵਿਦ ਸੀ ਮੰਨਣਾ ਨਾ ਮੰਨਣਾ ਐਜ਼ ਫਾਰ ਐਜ਼ ਗਵਰਨਮੈਂਟ ਇਜ਼ ਕੰਸਰਨਡ ਇਟ ਸਟੈਂਡਸ ਬਾਈ ਇਟਸ ਆਰਡਰਸ। ਵੀ ਐਜ਼ ਅ ਗਵਰਨਮੈਂਟ ਸਟੈਂਡ ਬਾਈ ਆਰ ਆਰਡਰ ਐਜ਼ ਫਾਰ ਐਜ਼ ਐਨ ਐਗਰੀਮੈਂਟ ਬਿਟਵੀਨ ਦ ਪਾਰਟੀਜ਼ ਆਰ ਕੰਸਰਨਡ ਦੈਟ ਇਜ਼ ਐਬਸੋਲਿਊਟਲੀ ਦ ਡੋਮੀਨੀਅਨ ਆਫ ਦੀਜ਼ ਟੂ ਪਾਰਟੀਜ਼। ਮੇਰੀ ਬੇਨਤੀ ਇਹ ਹੈ ਕੱਲ੍ਹ ਤਾਈਂ ਤੁਹਾਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕੋਈ ਸਪੈਕੂਲੇਟ ਨਾ ਕਰੋ ਇਸ ਚੀਜ਼ਾਂ ਨੂੰ ਡੀਰੇਲ ਨਾ ਕਰੋ। ਇਹ ਸਾਡੇ ਬੱਚਿਆਂ ਦਾ ਸਵਾਲ ਹੈ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕੱਲ ਤੱਕ ਕਿਰਪਾ। ਸਰ ਮੀਟਿੰਗ ਹੁਣ ਹੋਰ ਹੋਏਗੀ ਜਾਂ ਇਨਫ ਹੈ ਇਸੀ ਮੀਟਿੰਗ ਦੇ ਆਧਾਰ ਤੇ ਰੈਜ਼ੋਲੂਸ਼ਨ ਤੇ ਸਰ ਮੇ ਬੀ ਸੀਰੀਜ਼ ਆਫ ਮੀਟਿੰਗਸ ਐਟ ਦ ਮੋਮੈਂਟ ਆਈ ਐਮ ਨਾਈਦਰ ਕਮਿਟਿੰਗ ਟੂ ਵਨ ਮੀਟਿੰਗ ਨਾਰ ਕਮਿਟਿੰਗ ਟੂ 10। ਜਿੱਥੇ ਤੱਕ ਮੇਰਾ ਸਵਾਲ ਹੈ ਜਾਂ ਮੁੱਖ ਮੰਤਰੀ ਸਾਹਿਬ ਦਾ ਸਵਾਲ ਹੈ ਪਹਿਲੇ ਦਿਨ ਤੋਂ ਹੀ ਅਸੀਂ ਸਾਰੇ ਸਟੇਕ ਹੋਲਡਰਸ ਦੇ ਨਾਲ ਮੀਟਿੰਗ ਕਰ ਰਹੇ ਹਾਂ ਔਰ ਸਾਰੇ ਸਟੇਕ ਹੋਲਡਰਸ ਦੀ ਪ੍ਰੋਬਲਮਸ ਨੂੰ ਅੰਡਰਸਟੈਂਡ ਕਰ ਰਹੇ ਹਾਂ। ਕਰੋਨਾ ਦੀ ਮਹਾਮਾਰੀ ਵੀ ਜਦੋਂ ਤੋਂ ਸ਼ੁਰੂਆਤ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਮੇਰਾ ਡਿਪਾਰਟਮੈਂਟ ਐਡਵੋਕੇਟ ਜਨਰਲ ਦਾ ਆਫਿਸ ਔਰ ਇਸ ਦੇ ਨਾਲ ਨਾਲ ਮਾਨਯੋਗ ਮੁੱਖ ਮੰਤਰੀ ਜੀ ਦੀ ਸਹਿਮਤੀ ਦੇ ਤਹਿਤ ਅਸੀਂ ਵੱਖ ਵੱਖ ਆਰਡਰ ਕੱਢੇ ਹਾਂ ਔਰ ਜਿਹੜੇ ਅਸੀਂ ਵੱਖ ਵੱਖ ਆਰਡਰ ਕੱਢੇ ਉਹਨਾਂ ਦੀ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੇ ਉਸ ਆਰਡਰਸ ਨੂੰ ਮੰਨਿਆ ਵੀ ਅਤੇ ਕੁਝ ਸਕੂਲਾਂ ਨੇ ਉਹਨੂੰ ਫਲਾਊਟ ਵੀ ਕੀਤਾ। ਬਿਕੋਜ਼ ਕੁਝ ਸਕੂਲਾਂ ਨੇ ਫਲਾਊਟ ਕੀਤਾ ਸੀ ਉਸ ਆਰਡਰ ਨੂੰ ਅਸੀਂ ਉਹਨਾਂ ਦੇ ਉੱਪਰ ਐਕਸ਼ਨ ਵਾਸਤੇ ਨੋਟਿਸਿਸ ਵੀ ਉਸ ਸਕੂਲਾਂ ਨੂੰ ਲਗਾਤਾਰ ਤੌਰ 'ਤੇ ਕੱਢੇ ਸੀ। ਮੈਂ ਜੋ ਆਈਜੀ ਸਾਹਿਬ ਨੇ ਕਿਹਾ ਉਹ ਗੱਲ ਦੀ ਤਾਇਦ ਕਰਦਾ ਕਿ ਸਾਡੀਆਂ ਜਿਹੜੀਆਂ ਟੌਕਸ ਹੈ ਕਿਉਂਕਿ ਓਨਰੇਬਲ ਹਾਈ ਕੋਰਟ ਨੇ ਇੱਕ 70% ਦਾ ਆਰਡਰ ਕੱਢਿਆ ਸੀ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਜਾ ਕੇ ਲੋਕਾਂ ਦੇ ਹੱਕ ਦਾ ਆਰਡਰ ਨਹੀਂ ਸੀਗਾ ਇਸ ਕਰਕੇ ਲੋਕਾਂ ਨੇ ਉਸ ਗੱਲ ਦੀ ਆਵਾਜ਼ ਚੱਕੀ ਅਤੇ ਦੁਬਾਰਾ ਓਨਰੇਬਲ ਹਾਈ ਕੋਰਟ ਨੇ ਏਜੀ ਸਾਹਿਬ ਨੂੰ ਅਤੇ ਸਰਕਾਰ ਏਜੀ ਸਾਹਿਬ ਦੇ ਰਾਹੀਂ ਸਰਕਾਰ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਐਮੀਕੇਬਲ ਸਲਿਊਸ਼ਨ ਕਰੋ ਮੈਟਰ ਇਜ਼ ਸਬ ਜੂਡਿਸ ਇਨ ਦਾ ਕੋਰਟ ਇਟ ਵਿਲ ਨੋਟ ਬੀ ਐਪਰੋਪਰੀਏਟ ਫੋਰ ਮੀ ਟੂ ਡਾਇਵਰਜ ਦੀ ਟੋਕਸ ਵਿਚ ਹੈਜ਼ ਹੈਪਨਡ ਬਿਟਵੀਨ ਆਲ ਦੀ ਸਟੇਕ ਹੋਲਡਰਸ ਬਿਕੋਜ਼ ਦੀ ਫਲਕਰਮ ਆਈਡੀਆ ਆਫ ਸਾਰੇ ਲੋਕਾਂ ਨੇ ਆਪਣੀਆਂ ਗੱਲਾਂ ਮੇਰੇ ਕੋਲ ਈਮੇਲ ਦੇ ਉੱਪਰ ਵੀ ਲਿਖੀਆਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਹ ਪ੍ਰੋਬਲਮ ਕੀ ਹੈ ਅਤੇ ਇਹ ਕਿਸ ਕਿਸ ਤਰ੍ਹਾਂ ਦੀਆਂ ਬਾਰਡਰ ਦੇ ਇਲਾਕੇ ਦੇ ਲੋਕਾਂ ਦੀਆਂ ਕੀ ਤਕਲੀਫਾਂ ਆ ਰਹੀਆਂ ਕਿਸ ਤਰ੍ਹਾਂ ਕੋਈ ਪ੍ਰਾਈਵੇਟ ਸਕੂਲ ਵਾਲੇ ਕੁਝ ਸਕੂਲ ਜਿਹੜੇ ਲੋਕਾਂ ਨੂੰ ਚੁੰਡੀ ਵੜਦੇ ਆ ਚਾਹੇ ਤਨਖਾਹ ਦੇਣ ਦੀ ਗੱਲ ਹੈ ਅਤੇ ਚਾਹੇ ਫੀਸ ਚਾਰਜ ਕਰਨ ਦੀ ਗੱਲ ਹੈ ਅਤੇ ਜਦ ਅਸੀਂ ਚੀਜ਼ਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਜਾ ਕੇ ਲੈ ਕੇ ਆਏ ਤਾਂ ਉਹ ਇਨਫੋਰਮੇਸ਼ਨ ਸਾਡੇ ਕੋਲ ਫਲੋ ਹੋਣ ਲੱਗੀ ਹੈ। ਤੋ ਇਸ ਕਰਕੇ ਉਹਦੇ ਨਾਲ ਅਸੀਂ ਵੀ ਵੈਲ ਵਰਸਟ ਹੈ ਪ੍ਰੋਬਲਮਸ ਨਾਲ ਅਸੀਂ ਵੀ ਵੈਲ ਵਰਸਟ ਹੈ ਕਿ ਜਿਸ ਤਰੀਕੇ ਨਾਲ ਕੋਈ ਪੇਰੈਂਟਸ ਨੂੰ ਹਰਟ ਕੀਤਾ ਜਾ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰਨਾ ਹੈ ਕਿਸ ਤਰ੍ਹਾਂ ਅਸੀਂ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਕੋਈ ਖਰਚਾ ਹੈਗਾ ਜਿਹੜੀ ਗੱਲ ਨੂੰ ਉਹ ਰੇਸ ਕਰਦੇ ਹਾਂ ਅਸੀਂ ਉਸ ਐਂਬਿਟ ਨੂੰ ਕਿੰਨਾ ਕੁ ਅਸੀਂ ਉਸ ਨੂੰ ਇਨਪੁਆਇੰਟ ਰੱਖਣਾ ਉਹਦੇ ਵਿੱਚ ਇਨਬਿਲਟ ਰੱਖਣਾ। ਸੋ ਕੀਪਿੰਗ ਇਨ ਵਿਊ ਆਲ ਦੀ ਸਟੇਕ ਹੋਲਡਰਸ ਪ੍ਰੋਬਲਮਸ ਐਂਡ ਆਲਸੋ ਦੀ ਪ੍ਰੋਬਲਮਸ ਆਫ ਪੀਪਲ ਜਿਹੜੇ ਟੀਚਰ ਨੇ ਉਹ ਸਾਡੇ ਇਸ ਗਰੁੱਪ ਦੇ ਪਾਰਟ ਵੀ ਸੀ ਡਿਸਕਸ਼ਨ ਦੇ ਵਿੱਚ ਉਹਨਾਂ ਦੀ ਬਿਕੋਜ਼ ਦੇ ਆਰ ਦਾ ਬੈਕਬੋਨ ਆਫ ਦ ਐਜੂਕੇਸ਼ਨ ਸਿਸਟਮ। ਜਦ ਤੱਕ ਅਸੀਂ ਆਪਣੇ ਟੀਚਰਸ ਦੀ ਇੱਜ਼ਤ ਜਾਂ ਟੀਚਰਸ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰਾਂਗੇ ਆਈ ਥਿੰਕ ਦੈਨ ਵੀ ਆਰ ਨੋਟ ਡੂਇੰਗ ਅ ਜਸਟੀਫਾਈਡ ਜੋਬ। ਸੋ ਕੀਪਿੰਗ ਇਨ ਵਿਊ ਦੀ ਹਾਈ ਕੋਰਟਸ ਆਰਡਰ ਓਨਰੇਬਲ ਹਾਈ ਕੋਰਟਸ ਆਰਡਰ ਓਨਰੇਬਲ ਏਜੀ ਐਂਡ ਵੀ ਆਰ ਆਲ ਸਪੈਂਡਿੰਗ ਟਾਈਮ ਟੂਗੈਦਰ ਮੇ ਬੀ ਦੇ ਮੇ ਬੀ ਆਲ ਡਿਫਰੈਂਟ ਪਾਰਟੀ ਬਟ ਸਭ ਦਾ ਇੱਕੋ ਹੀ ਟਾਰਗੇਟ ਹੈ ਦੈਟ ਸਾਡੇ ਜਿਹੜਾ ਫਿਊਚਰ ਹੈ ਸਾਡੇ ਪੰਜਾਬ ਦੇ ਬੱਚੇ ਆ ਉਹਨਾਂ ਦਾ ਭਵਿੱਖ ਸੁਰੱਖਿਅਤ ਰਹੇ ਅਤੇ ਉਹ ਕਰੋਨਾ ਦੀ ਮਹਾਂਮਾਰੀ ਤੋਂ ਬਚ ਵੀ ਸਕਣ ਅਤੇ ਉਹ ਆਪਣੀ ਪੜ੍ਹਾਈ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕਮੀ ਜਾਂ ਕਮਜ਼ੋਰੀ ਨਾ ਆ ਸਕੇ। ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਸ ਦੇ ਉੱਪਰ ਅਗਰ ਕੱਲ੍ਹ ਨੂੰ ਦੁਬਾਰਾ ਮੀਟਿੰਗ ਕਾਲ ਕਰਨ ਦੀ ਲੋੜ ਹੋਊਗੀ ਤਾਂ ਅਸੀਂ ਦੁਬਾਰਾ ਮੀਟਿੰਗ ਕਾਲ ਕਰਾਂਗੇ ਜਿਸ ਤਰ੍ਹਾਂ ਏਜੀ ਸਾਹਿਬ ਨੇ ਕਿਹਾ ਚਾਹੇ 10 ਕਰਨੀਆਂ ਪੈਣ 10 ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਲੈ ਕਿ ਜੇ ਅਸੀਂ ਇਸ ਦੇ ਉੱਪਰ ਸਵੇਰੇ ਵੀ ਬੈਠੇ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨਾਲ ਅਸੀਂ ਮੁਲਾਕਾਤ ਕੀਤੀ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਇਸ ਗੱਲ ਦੇ ਉੱਪਰ ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਹੈ ਔਰ ਉਸ ਤੋਂ ਬਾਅਦ ਹੁਣ ਅਸੀਂ 4 ਘੰਟੇ ਬੈਠੇ ਹਾਂ ਅਤੇ ਕੱਲ੍ਹ ਨੂੰ ਬੈਠਣ ਲਈ ਤਿਆਰ ਹੈ। ਇਹਦਾ ਮਕਸਦ ਕੀ ਹੈ ਕਿ ਵੀ ਵਾਂਟ ਟੂ ਰਿਜ਼ੋਲਵ ਇਟ ਐਮੀਕੇਬਲੀ ਇਸੇ ਕਰਕੇ ਅਸੀਂ ਬੈਠੇ ਹਾਂ ਅਤੇ ਹੁਣ 12 ਤਰੀਕ ਜੇ ਨਹੀਂ ਰਿਜ਼ੋਲਵ ਹੋਊਗਾ ਇਹ ਗੱਲ ਬਾਈ ਚਾਂਸ ਐਮੀਕੇਬਲੀ ਗੌਰ ਫੋਰਬਿਟ ਮੈਨੂੰ ਤਾਂ ਪਤਾ ਪਰਮਾਤਮਾ ਕਿਰਪਾ ਰੱਖੂਗਾ ਜ਼ਰੂਰ ਹੋਊਗਾ
ਪਰ ਜੇ ਨਹੀਂ ਹੋਊਗਾ ਤਾਂ ਦੈਨ ਦੇ ਆਰ ਆਲਰੇਡੀ ਫਾਈਟਿੰਗ ਇਨ ਦਾ ਕੋਰਟ ਤੇ ਦੈਨ ਕੋਰਟ ਦਾ ਵੇਗਾ ਤਾਂ ਫਿਰ ਜਦੋਂ ਉਹ ਵਾਲਾ ਆਧਾਰ ਹੈ ਉਹ ਤਾਂ ਸਾਡੇ ਸਾਹਿਬ ਵਾਸਤੇ ਅਵੇਲੇਬਲ ਹੀ ਹੈ ਸਰ ਇੱਕ ਸਟੈਂਡ ਦੱਸ ਦਿਓ ਸਰਕਾਰ ਦਾ ਕਿਉਂਕਿ ਏਜੀ ਸਰ ਨੇ ਪਹਿਲਾਂ ਕਿਹਾ ਸੀ ਜਿਹੜੀਆਂ ਸਰਵਿਸਿਜ਼ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਕਹਿ ਰਹੇ ਹਾਂ ਉਹਦੇ ਲਈ ਵਸੂਲ ਹੋਣਾ ਮੈਡਮ ਆਈ ਰਿਕੁਐਸਟਡ ਯੂ ਨੋ ਕੁਐਸਚਨ ਨੋ ਨੋ देयर आर नो क्वेश्चंस इफ यू वांट ओनली एन आंसर टू दिस क्वेश्चन इट विल इफ इट इज गोइंग टू इफेक्ट माय सॉल्यूशन प्रोवाइडिंग प्लीज डोंट आस्क दिस क्वेश्चन इट विल नॉट बी इन पब्लिक सर एक क्वेश्चन नहीं है बेसिकली सारे यहां पे पार्टीज हैं अभी आप भी लोग मतलब टॉक्स और कंटिन्यू करना चाहते हैं सारे मतलब एक आपकी तरफ से कर दीजिए देखो कंटिन्यू टॉक इसलिए की जा रही है भी कोई एमिकेबल कोई पॉइंट निकल के आवे कोर्ट च भी क्यों गए हैं अगर कोई प्रॉब्लम है कोई सल्यूशन कढ़ने लई है अगर जिदा पंजाब गवर्नमेंट नू रिप्रजेंट कर रहे ने ऑनरेबल लॉ मिनिस्टर ने साडे एजी साहब ने जिदा इन्होंने इंट्रस्ट दिखाया है चार घंटे हुण बैठे नू हो गए मॉर्निंग ढाई घंटे बैठे हैं इट मीनस इन्हों का भी कित इंट्रस्ट है पेरेंट्स नू भी प्रोटेक्ट किया जाए क्योंकि कोविड 19 की जिहड़ी पेंडेमिक